ਦਾ ਬਹੁਤ ਬਹੁਤ ਸਵਾਗਤ ਅੱਜ ਦੋਸਤੋ ਪੰਜਾਬ ਦੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਬਹੁਤ ਹੀ ਵੱਡੀ ਅਪਡੇਟ ਅੱਜ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਪੇ ਸਕੇਲ ਨੂੰ ਲੈ ਕੇ ਫੈਸਲਾ ਆ ਚੁੱਕਿਆ ਹੈ ਵਿੱਤ ਮੰਤਰੀ ਨੇ ਖੁਦ ਐਲਾਨ ਕੀਤਾ ਹੈ ਪੰਜਾਬ ਦੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ 10.06 ਦਾ ਪੇ ਸਕੇਲ ਦੇ 2.59 ਦਾ ਪੇ ਸਕੇਲ ਦਿੱਤਾ ਜਾਏਗਾ ਹਾਂਜੀ ਦੋਸਤੋ ਬਿਲਕੁਲ ਤੁਸੀਂ ਸਹੀ ਸੁਣਿਆ ਮੈਂ ਤੁਹਾਨੂੰ ਪੂਰੀ ਅਪਡੇਟ ਇਸ ਵੀਡੀਓ 'ਚ ਜਾਣਕਾਰੀ ਦੇਣ ਜਾ ਰਿਹਾ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਪੰਜਾਬ ਦੇ 6ਵੇਂ ਪੇ ਕਮਿਸ਼ਨਰ ਸੋਨ ਹਰ ਇੱਕ ਵੱਡੀ ਅਪਡੇਟ ਪਾਉਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਦੋਸਤੋ ਅੱਜ 24 ਕੈਟਾਗਰੀਆਂ ਦੇ ਜਿਹੜੇ ਅਧਿਆਪਕ ਸੀਗੇ ਉਹਨਾਂ ਦੀ ਮੀਟਿੰਗ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੁੱਖ ਸਕੱਤਰੇਤ ਪੰਜਾਬ ਚੰਡੀਗੜ੍ਹ ਵਿਖੇ ਹੋਈ ਹੈ ਹਾਂਜੀ ਦੋਸਤੋ ਮੀਟਿੰਗ ਦੇ ਵਿੱਚ ਅੱਜ ਫੈਸਲਾ ਲਿਆ ਗਿਆ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਰੋਸਾ ਵੀ ਦਿੱਤਾ ਗਿਆ ਕਿ ਕੁਝ ਦਿਨਾਂ ਦੇ ਵਿੱਚ ਤੁਹਾਡੇ ਲਈ 2.59 ਅਤੇ 10.06 ਦਾ ਪੇ ਸਕੇਲ ਦਿੱਤਾ ਜਾਏਗਾ 100% ਗਰੰਟੀ ਦੇ ਨਾਲ ਮੀਟਿੰਗ ਵਿੱਚ ਫੈਸਲਾ ਹੋਇਆ 24 ਕੈਟਾਗਰੀਆਂ ਜਿਹੜੀਆਂ ਹੈਗੀਆਂ ਨੇ ਅਧਿਆਪਕਾਂ ਦੀਆਂ ਉਹਨਾਂ ਲਈ ਬਾਕੀ ਸਾਡੇ ਪੇ ਸਕੇਲ ਰੱਦ ਕਰ ਦਿੱਤੇ ਗਏ ਨੇ ਅਤੇ 10.06 ਦਾ ਪੇ ਸਕੇਲ ਪਲੱਸ 2.59 ਦਾ ਪੇ ਸਕੇਲ ਇਹ ਦੋਨੇ ਡਿਸਾਈਡ ਕੀਤੇ ਗਏ ਨੇ ਸੋ ਇਹ ਦੋਨੇ ਮਿਲਣਗੇ ਤੁਹਾਨੂੰ ਕੁਝ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਦਾ ਜਿਹੜਾ ਆਦੇਸ਼ ਵੀ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੈਂ ਬਾਕੀ ਸਾਰੀਆਂ ਅਪਡੇਟਸ ਤੁਹਾਨੂੰ ਦੁਬਾਰਾ ਇੱਕ ਨਵੀਂ ਵੀਡੀਓ 'ਚ ਦੱਸੂੰਗਾ ਜਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਇਸ ਵੀਡੀਓ ਨੂੰ ਧੰਨਵਾਦ